ਲੁਧਿਆਣਾ ਦੇ ਸਿੰਘ ਹਰਪ੍ਰੀਤ ਸਿੰਘ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ ਜਿਨ੍ਹਾਂ ਨੇ ਕਿ ਇਹ ਸਾਬਤ ਕੀਤਾ ਕਿ ਇਮਾਨਦਾਰੀ ਅਜੇ ਵੀ ਜਿੰਦਾ ਹੈ। ਲੁਧਿਆਣਾ ਦੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇੱਕ ਗੁਰਸਿੱਖ ਪਰਿਵਾਰ ਜੋ ਕਿ ਲੰਡਨ ਦਾ ਰਹਿਣ ਵਾਲਾ ਸੀ ਉਹਨਾਂ ਨਾਲ ਗੱਡੀ ਵਿੱਚ ਦਿੱਲੀ ਤੋਂ ਬੈਠਾ ਸੀ ਅਤੇ ਆਪਣਾ ਬੈਗ ਉਹਨਾਂ ਦੇ ਕੋਲ ਗੱਡੀ ਵਿੱਚ ਭੁੱਲ ਗਿਆ ਜਿਸ ਦੇ ਵਿੱਚ ਉਹਨਾਂ ਦਾ ਜ਼ਰੂਰੀ ਸਮਾਨ ਹੈ। ਇਸ ਤੋਂ ਬਾਅਦ ਹਰਪ੍ਰੀਤ ਨੇ ਇਮਾਨਦਾਰੀ ਦਿਖਾਉਂਦਿਆਂ ਸੋਸ਼ਲ ਮੀਡੀਆ ਦੇ ਜ਼ਰੀਏ ਵੀਡੀਓ ਬਣਾ ਕੇ ਉਹਨਾਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਉਹਨਾਂ ਨੂੰ ਉਹਨਾਂ ਦਾ ਲੋੜੀਂਦਾ ਸਮਾਨ ਮਿਲ ਸਕੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਦਾਸ ਲੁਧਿਆਣੇ ਤੋਂ ਹਰਪ੍ਰੀਤ ਸਿੰਘ, ਦੁਗਰੀ ਫੇਸਵੰਦ ਦਾ ਰਹਿਣ ਵਾਲਾ ਜੀ। ਮੈਂ ਪਰਸੋਂ ਸੁਬਾਹ ਨੂੰ ਦਿੱਲੀ ਆਇਆ ਸੀ ਕਿਸੇ ਕੰਮ ਲਈ, ਅਤੇ ਜਦੋਂ ਵਾਪਸੀ ਰਾਤ ਨੂੰ ਮੈਂ ਫ੍ਰੀ ਹੋ ਕੇ ਦਿੱਲੀ ਤੋਂ ਨਿਕਲਿਆ, ਲੁਧਿਆਣੇ ਵਾਪਸੀ ਲਈ ਚਾਲਾ ਪਾਇਆ, ਅਤੇ ਮੈਂ ਕਰਨਾਲ ਬਾਈਪਾਸ 'ਤੇ ਪਾਣੀ ਦੀ ਬੋਤਲ ਲੈਣ ਲਈ ਗੱਡੀ ਰੋਕੀ, ਅਤੇ ਮੈਨੂੰ ਉੱਥੇ ਬਹੁਤ ਹੀ ਵਧੀਆ ਗੁੱਡ ਪਰਸਨ ਇੱਕ ਗੁਰਸਿੱਖ ਫੈਮਿਲੀ ਮਿਲੀ। ਸਰਦਾਰ ਜੀ ਅਤੇ ਉਹਨਾਂ ਦੀ ਵਾਈਫ ਸੀਗੇ ਅਤੇ ਬਜ਼ੁਰਗ ਸੀਗਾ ਕਾਫੀ, ਉਹ ਉਹਨਾਂ ਨਾਲ ਕਾਫੀ ਮੇਰੀ ਗੱਲਬਾਤ ਹੋਈ ਅਤੇ ਉਹਨਾਂ ਨੇ ਮੈਨੂੰ ਕਿਹਾ ਤੁਸੀਂ ਕਿੱਥੇ ਜਾਣਾ। ਮੈਂ ਕਿਹਾ ਮੈਂ ਲੁਧਿਆਣੇ ਜਾਣਾ। ਕਹਿੰਦੇ ਤੁਸੀਂ ਸਾਨੂੰ ਵੀ ਉੱਥੇ ਕਹਿੰਦੇ ਤੁਸੀਂ ਉਤਾਰ ਦਿਓ ਵੀ, ਤੁਸੀਂ ਵੀ ਖਾਲੀ ਜਾਣਾ ਅਤੇ ਕਹਿੰਦੇ ਸਾਡਾ ਵੀ ਸਾਥ ਬਣਿਆ ਰਹੂਗਾ। ਮੈਂ ਕਿਹਾ ਜੀ 7 ਵਜੇ। ਉਹ ਗੱਡੀ 'ਚ ਬਹਿ ਗਏ ਅਤੇ ਗੱਲਾਂ ਕਰਦੇ ਕਰਦੇ ਪਤਾ ਨਹੀਂ ਕਦੋਂ ਲੁਧਿਆਣਾ ਆ ਗਿਆ, ਅਤੇ ਉਹਨਾਂ ਨੂੰ ਲੁਧਿਆਣੇ ਸਟੇਸ਼ਨ 'ਤੇ ਮੈਂ ਰੇਲਵੇ ਸਟੇਸ਼ਨ 'ਤੇ ਉਤਾਰਤਾ। ਉਹ ਰੇਲਵੇ ਸਟੇਸ਼ਨ 'ਤੇ ਉਤਰ ਕੇ ਜਾਣ ਲੱਗੇ ਡਿੱਗੀ ਦੇ ਵਿੱਚ ਆਪਣਾ ਉਹ ਬੈਗ ਭੁੱਲ ਗਏ, ਛੋਟਾ ਜਿਹਾ ਬਲੈਕ ਕਲਰ ਦਾ ਬੈਗ ਆ। ਉਹ ਕਿਤੋਂ ਮੈਨੂੰ ਲੱਗਦਾ ਬਾਹਰੋਂ ਆਏ ਆ, ਜਿਸ ਤਰ੍ਹਾਂ ਦਾ ਉਹਨਾਂ ਦੇ ਬੈਗ ਦੇ ਵਿੱਚ ਡਾਕੂਮੈਂਟ ਪਏ ਆ ਵੀ ਉਹ ਸਾਰਾ ਕੁਝ ਪਿਆ ਵਾ। ਉਹਨਾਂ ਦਾ ਐਡਰੈਸ ਮੈਂ ਦੇਖਿਆ ਡਾਕੂਮੈਂਟ ਦੇ ਵਿੱਚ, ਉਹ ਲੰਡਨ ਦਾ ਬੋਲਦਾ ਪਿਆ, ਇੱਥੇ ਲੋਕਲ ਐਡਰੈਸ ਨਹੀਂ ਆ। ਪਰ ਉਹ ਮੈਨੂੰ ਦੱਸ ਰਹੇ ਸੀਗੇ, ਮੈਂ ਕਹਿੰਦੇ ਜੰਡਿਆਲੇ ਦਾ ਅਸੀਂ ਰਹਿਣ ਵਾਲੇ ਹਾਂ, ਜੇ ਜੰਡਿਆਲੇ ਦੇ ਰਹਿਣ ਵਾਲੇ ਹੈਗੇ ਆ ਤਾਂ ਚਲੋ ਜਿੱਥੇ ਦੇ ਵੀ ਹੈ ਮੈਂ ਆਪਣਾ ਨੰਬਰ ਬੋਲਦਾ, ਮੇਰੇ ਨੰਬਰ 'ਤੇ ਕਾਲ ਕਰਨ ਅਤੇ ਮੈਨੂੰ ਆ ਕੇ ਮਿਲਣ ਅਤੇ ਆਪਣਾ ਸਮਾਨ ਲੈ ਜਾਣ। ਮੇਰਾ ਨੰਬਰ ਹੈ 98-772-30-632। ਮੇਰਾ ਨੰਬਰ ਹੈ 98-772-30-632। ਇਸ ਨੰਬਰ 'ਤੇ ਮੈਨੂੰ ਕਾਲ ਕਰਨ ਮਿਲਣ। ਅਤੇ ਉਹਨਾਂ ਦਾ ਦੇਖੋ ਬੈਗ ਦੇ ਵਿੱਚ ਕਾਫੀ ਕੈਸ਼ ਆ, 2,70,000 ਰੁਪਏ ਉਹਨਾਂ ਦਾ ਕੈਸ਼ ਆ, ਅਤੇ ਕੁਛ ਹੋਰ ਡਾਕੂਮੈਂਟ ਪਏ ਨੇ, ਕਾਫੀ ਹੋਰ ਜ਼ਿਆਦਾ ਇੰਪੋਰਟੈਂਟ ਸਮਾਨ ਵੀ ਉਹਨਾਂ ਦੇ ਵਿੱਚ ਪਿਆ ਵਾ। ਅਤੇ ਮੈਨੂੰ ਕਾਲ ਕਰਨ ਅਤੇ ਮੈਨੂੰ ਕਾਲ ਕਰਕੇ ਦੱਸਣ ਵੀ 2,70,000 ਦੇ ਨਾਲ ਕੀ ਕੀ ਇੰਪੋਰਟੈਂਟ ਸਮਾਨ ਪਿਆ ਵਾ, ਅਤੇ ਮੈਨੂੰ ਵੀ ਵਿਸ਼ਵਾਸ ਹੋ ਜਾਏਗਾ ਵੀ ਇਹ ਜੈਨੂਅਲ ਬੰਦੇ ਹੀ ਮੇਰੇ ਕੋਲ ਸਮਾਨ ਲੈਣ ਆ ਰਹੇ ਆ ਅਤੇ ਪੈਸੇ ਲੈਣ ਆਪਣੇ ਆ ਰਹੇ ਆ। ਮੈਨੂੰ ਫੋਨ ਕਰਨ, ਜੇ ਲੁਧਿਆਣੇ ਆ ਸਕਦੇ ਲੁਧਿਆਣੇ ਆ ਜਾਣ, ਜੇ ਮੈਨੂੰ ਫੋਨ ਕਰਕੇ ਨਹੀਂ ਆ ਸਕਦੇ, ਉਹ ਬਜ਼ੁਰਗ ਨੇ, ਅਤੇ ਮੈਨੂੰ ਫੋਨ ਕਰਨ ਅਤੇ ਮੈਂ ਜੰਡਿਆਲੇ ਜਾ ਕੇ ਉਹਨਾਂ ਨੂੰ ਦੇ ਸਕਦਾ, ਪਰ ਮੈਨੂੰ ਫੋਨ ਕਰਨ ਇੱਕ ਵਾਰੀ। ਤੁਹਾਡੇ ਸਾਰਿਆਂ ਵੀਰਾਂ ਅੱਗੇ, ਭੈਣਾਂ ਅੱਗੇ ਮੇਰੀ ਬੇਨਤੀ ਹੈ ਤੁਹਾਡੇ ਚਰਨਾਂ 'ਚ, ਤੁਸੀਂ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਕਿ ਉਹਨਾਂ ਤੱਕ ਵੀਡੀਓ ਪਹੁੰਚ ਜਾਵੇ। ਪਤਾ ਨਹੀਂ ਕਿੱਦਾਂ ਦੇ ਗਰੀਬ ਹੋਣੇ, ਕਿੱਦਾਂ ਉਹਨਾਂ ਨੇ ਪੈਸਾ ਜੋੜਿਆ ਹੋਣਾ, ਪਤਾ ਨਹੀਂ ਕਿੱਥੇ ਲਾਉਣਾ ਹੋਣਾ, ਕਿੱਥੋਂ ਆਇਆ ਹੋਣਾ। ਦੇਖੋ ਉਹ ਜਾਣਦੇ ਜਾਂ ਮਾਰੇ ਜਾਣਦੇ ਆ, ਅਤੇ ਮੈਂ ਇਹੀ ਚਾਹੁੰਦਾ ਵਾ ਉਹ ਛੇਤੀ ਛੇਤੀ ਮੈਨੂੰ ਮਿਲਣ, ਆਪਣਾ ਦੇ ਬੈਗ ਲੈ ਜਾਣ। ਠੀਕ ਹੈ ਜੀ, ਬੇਨਤੀ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।